ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਮੈਂ ਪੀਪਣੀਆਂ ਨਾਲ ਮੈਂ ਸੀਟੀਆਂ ਨਾਲ ਚੰਡੀਗੜ੍ਹ ਧਰਨਾ ਦਿੱਤਾ। ਬਈ ਕਾਹਨੂੰ ਨਾ ਕਿਹੋ ਵੀ ਟਿੱਟੂ ਬਾਣੀ ਨੇ ਹਰਾਤਾ, ਆਪਦੀ ਆਪਦੀ ਤਿਆਰੀ ਕਰਨ ਲੱਗ ਜਾਓ, ਲੋਕਾਂ ਨੂੰ ਮਿਲਣ ਲੱਗ ਜਾਓ, ਲੋਕਾਂ ਕੋਲ ਜਾਣ ਲੱਗ ਜਾਓ, ਕਿਉਂਕਿ ਵੋਟਾਂ ਦੇ ਦਿਨਾਂ ਦੇ ਵਿੱਚ ਜਿਹੜੇ ਲੀਡਰ ਹੈਗੇ ਆ ਬਰਸਾਤੀ ਡੱਡੂ ਵਾਂਗੂ ਬਾਹਰ ਹੁੰਦੇ ਨੇ ਕਿਹਾ, ਅਤੇ ਜਦੋਂ ਜਿੱਤ ਜਾਂਦੇ ਨੇ ਤਾਂ ਲੱਭਦੇ ਨਹੀਂ। ਲੋਕ ਸਭਾ ਚੋਣਾਂ 'ਚ ਆਪਣੀ ਕਿਸਮਤ ਅਜ਼ਮਾ ਚੁੱਕੇ ਆਜ਼ਾਦ ਉਮੀਦਵਾਰ ਅਤੇ ਹਾਸਰਸ ਕਿਰਦਾਰ ਦੇ ਮਾਲਕ ਟਿੱਟੂ ਬਾਣੀਆ ਵੱਲੋਂ ਬੀਤੇ ਦਿਨੀ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਦਾਖਾ ਹਲਕੇ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਹਰਵਿੰਦਰ ਸਿੰਘ ਫੁਲਕਾ ਦਾ ਮਾਮਲਾ ਚੁੱਕਿਆ ਗਿਆ ਸੀ, ਪਰ ਉਹਨਾਂ ਨੂੰ ਸਪੀਕਰ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ, ਜਿਸਦੇ ਚੱਲਦੇ ਟਿੱਟੂ ਬਾਣੀਆ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕਰਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਇੱਕ ਅਪੀਲ ਕੀਤੀ ਹੈ। ਕੀ ਅਪੀਲ ਕੀਤੀ ਹੈ ਟਿੱਟੂ ਬਾਣੀਆ ਨੇ, ਆਓ ਸੁਣਦੇ ਹਾਂ। ਮੈਂ ਤੁਹਾਡਾ ਆਪਣਾ ਟਿੱਟੂ ਬਾਣੀਆ, ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਮੈਂ ਪੀਪਣੀਆਂ ਨਾਲ ਮੈਂ ਸੀਟੀਆਂ ਨਾਲ ਚੰਡੀਗੜ੍ਹ ਧਰਨਾ ਦਿੱਤਾ। ਸਾਡਾ ਮਸਲਾ ਸੀਗਾ ਸਰਦਾਰ ਹਰਵਿੰਦਰ ਸਿੰਘ ਫੁਲਕੇ ਦਾ ਅਸਤੀਫਾ, ਅਸੀਂ ਸਪੀਕਰ ਸਾਹਿਬ ਨੂੰ ਚੰਡੀਗੜ੍ਹ ਅਪੀਲ ਕਰਨ ਗਏ ਵੀ ਫੁਲਕਾ ਸਾਹਿਬ ਦਾ ਅਸਤੀਫਾ ਮਨਜ਼ੂਰ ਕਰੋ, ਸਾਡੇ ਹਲਕੇ ਦਾ ਬੁਰਾ ਹਾਲ ਹੋਇਆ ਹੋਇਆ ਵਾ। ਸਪੀਕਰ ਸਾਹਿਬ ਨੇ ਸਾਡੇ ਧਰਨੇ ਨੂੰ ਫਲ ਲਾਇਆ, ਉਹਨਾਂ ਨੇ ਅਸਤੀਫਾ ਮਨਜ਼ੂਰ ਕਰ ਲਿਆ। ਮੈਂ ਸਪੀਕਰ ਸਾਹਿਬ ਦਾ ਰਿਣੀ ਆ, ਦਿਲੋਂ ਧੰਨਵਾਦ ਕਰਦਾ ਵਾਂ ਕਿ ਸਪੀਕਰ ਸਾਹਿਬ ਨੇ ਸਾਡੀ ਬੇਨਤੀ ਕਬੂਲ ਕੀਤੀ, ਅਤੇ ਹਲਕੇ ਤੱਕ ਦੇ ਲੀਡਰਾਂ ਨੂੰ ਇੱਕ ਬੇਨਤੀ ਕਰਦਾ ਵਾਂ ਵੀ ਜਿਮਨੀ ਚੋਣਾਂ ਹਲਕੇ ਤੱਕ 'ਚ ਹੋਣ ਵਾਲੀਆਂ ਨੇ, ਤੁਸੀਂ ਆਪਣੇ ਤੀਰ ਕਮਾਨ ਕੱਢ ਲਓ ਜਿਹੜੇ ਜਿਹੜੇ ਚਲਾਉਣੇ ਆ। ਤੁਹਾਡਾ ਮੁਕਾਬਲਾ ਐਲਕੀ ਟਿੱਟੂ ਬਾਣੀਆ ਨਾਲ ਹੋਣਾ ਵਾ, ਕਿਉਂਕਿ ਜ਼ਿਆਦਾਤਰ ਲੀਡਰ ਵੋਟਾਂ ਜਿੱਤਣ ਤੋਂ ਬਾਅਦ ਦੀਦੇ ਨਹੀਂ ਗਾ, ਵਿਧਾਨ ਸਭਾ ਜਾਂਦੇ ਆ ਉੱਥੇ ਡਰਾਮੇ ਤੋਂ ਇਲਾਵਾ ਕੱਖ ਨਹੀਂ ਕਰਦੇ, ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ ਕਰਦੇ। ਇਸ ਕਰਕੇ ਮੈਂ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਕੱਲ੍ਹ ਨੂੰ ਨਾ ਕਿਹੋ ਵੀ ਟਿੱਟੂ ਬਾਣੀਆ ਨੇ ਹਰਾਤਾ, ਆਪਦੀ ਆਪਦੀ ਤਿਆਰੀ ਕਰਨ ਲੱਗ ਜਾਓ, ਲੋਕਾਂ ਨੂੰ ਮਿਲਣ ਲੱਗ ਜਾਓ, ਲੋਕਾਂ ਕੋਲ ਜਾਣ ਲੱਗ ਜਾਓ, ਕਿਉਂਕਿ ਵੋਟਾਂ ਦੇ ਦਿਨਾਂ ਦੇ ਵਿੱਚ ਜਿਹੜੇ ਲੀਡਰ ਹੈਗੇ ਆ ਬਰਸਾਤੀ ਡੱਡੂ ਵਾਂਗੂ ਬਾਹਰ ਹੁੰਦੇ ਨੇ ਕਿਹਾ, ਅਤੇ ਜਦੋਂ ਜਿੱਤ ਜਾਂਦੇ ਨੇ ਤਾਂ ਲੱਭਦੇ ਨਹੀਂ। ਮੈਂ ਟਿੱਟੂ ਬਾਣੀਆ, ਜੇ ਹਲਕੇ ਦਾਖੇ ਦੇ ਮੈਨੂੰ ਬੰਦੇ MLA ਬਣਾ ਦਿੰਦੇ ਆ ਤਾਂ ਮੈਂ ਇਹਨਾਂ ਨੂੰ ਦੱਸਾਂਗਾ ਵੀ MLA ਕਿਵੇਂ ਲੋਕਾਂ ਦੇ ਕੰਮ ਹੁੰਦੇ ਨੇ, ਕਿਵੇਂ ਲੋਕਾਂ ਦੇ ਮੁੱਦੇ ਹੱਲ ਹੁੰਦੇ ਨੇ, ਮੈਂ ਉਹਨਾਂ ਨੂੰ ਦੱਸਾਂਗਾ ਲੋਕਾਂ ਦੀ ਸੇਵਾ ਕਿਵੇਂ ਹੁੰਦੀ ਆ, ਅਤੇ ਮੈਂ ਉਹਨਾਂ ਨੂੰ ਦੱਸਾਂਗਾ ਵੀ ਹਲਕੇ ਦੀਆਂ ਪ੍ਰੋਬਲਮਾਂ ਕੀ ਨੇ। ਇੱਕ ਦੂਜੇ 'ਤੇ ਐਲੀਗੇਸ਼ਨ ਲਾਏ ਜਾਂਦੇ ਨੇ ਵੀ ਉਹਨੇ ਆਹ ਨਹੀਂ ਕੀਤਾ, ਉਸ ਤੋਂ ਕੋਈ ਕੰਮ ਨਹੀਂ ਆ, ਲੋਕ ਮੁੱਦੇ ਦੀ ਕੋਈ ਗੱਲ ਨਹੀਂ ਕਰਦੇ, ਖਸਖਸ ਦੀ ਖੇਤੀ ਦੀ ਕੋਈ ਗੱਲ ਨਹੀਂ ਕਰ ਰਿਹਾ, ਡੋਡੇ ਫੇਮ ਦੇ ਠੇਕੇ ਖਲਾਉਣ ਦੀ ਕੋਈ ਗੱਲ ਨਹੀਂ ਕਰ ਰਿਹਾ, ਜਿਹੜੇ ਅੱਜ ਸਾਡੇ ਪੰਜਾਬ ਦੀ ਮੰਗ ਆ। ਦੱਸ ਦੇ ਕਿ ਬੀਤੇ ਦਿਨੀ ਵਿਧਾਇਕ ਹਰਵਿੰਦਰ ਸਿੰਘ ਫੁਲਕਾ ਦਾ ਅਸਤੀਫਾ ਰਾਣਾ ਕੇਪੀ ਸਿੰਘ ਵੱਲੋਂ ਮਨਜ਼ੂਰ ਕਰ ਲਿਆ ਗਿਆ, ਪਰ ਹੁਣ ਦੇਖਣਾ ਹੋਵੇਗਾ ਕਿ ਜ਼ਿਮਨੀ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਗੱਲ ਕਰਨ ਵਾਲੇ ਟਿੱਟੂ ਬਾਣੀਆ ਦੀ ਕਿਸਮਤ ਸਾਥ ਦੇਵੇਗੀ ਜਾਂ ਨਹੀਂ, ਇਹ ਤਾਂ ਹੁਣ ਜ਼ਿਮਨੀ ਚੋਣ ਤੋਂ ਬਾਅਦ ਹੀ ਪਤਾ ਲੱਗੇਗਾ। ਲੁਧਿਆਣਾ ਤੋਂ ਅਨੁਪਮ ਮਹਿੰਦਰ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।